ਲੱਗਦਾ ਹੈ ਅਤੇ ਬਾਕੀ ਚਲੋ ਚਲਾਏ ਤਾਂ ਕੋਈ ਵੀ ਟਰੈਕਟਰ ਬਾਈ ਖੇਤ ਮਾਂ ਚਲਾਏ ਦੀ ਪਤਾ ਲੱਗਦਾ ਹੈ ਅਤੇ ਬਾਕੀ ਬਹੁਤ ਵੀਰ ਬਾਈ ਟਰੈਕਟਰ ਬਾਰੇ ਕਹਿ ਦਿੰਦੇ ਬਾਈ ਇੱਦਾਂ ਹੈ ਸਸਤਾ ਹੈ ਮਾਰਕੀਟ ਨਹੀਂ ਅਤੇ ਲਓ ਜੀ ਬਾਈ ਹਾਰ ਲਾ ਤਾ ਜੋਧ ਨੇ ਟਰੈਕਟਰ ਨੂੰ ਅਤੇ ਸਭ ਤੋਂ ਪਹਿਲਾਂ ਬਾਈ ਹਾਰ ਲਾਉਣ ਦਾ ਹੀ ਕੰਮ ਹੁੰਦਾ ਟਰੈਕਟਰ ਨੂੰ ਲੁੱਕ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ 30-65 DI 65 HPI ਦੀ ਕੈਟਾਗਰੀ ਵਿੱਚ ਆਉਂਦਾ ਟਰੈਕਟਰ 4x4 ਇੰਡੋ ਫਾਰਮ ਅਤੇ ਸਾਰੇ ਪੱਖ ਤੋਂ ਟਰੈਕਟਰ ਬਹੁਤ ਵਧੀਆ ਜੀ ਅਤੇ ਮਿਲਾਉਣੇ ਬਾਈ ਤੁਹਾਨੂੰ ਜੋਤ ਨਾ ਜੋਤ ਕਿਆ ਹਾਲ ਆ ਬਾਈ ਹੋਰ ਠੀਕ ਆ ਅੱਜ 4x4 ਦੇਣ ਲੱਗਿਆ ਹੈ ਠੀਕ ਆ ਮੇਰੇ ਸਾਹ ਆਪਾਂ ਦੂਜਾ ਟਰੈਕਟਰ ਦੇ ਰਹੇ ਡੀਲਰਸ਼ਿਪ ਤੋਂ ਠੀਕ ਆ ਅਤੇ ਜੋਤ ਕਿਵੇਂ ਦੇਖਣ ਟਰੈਕਟਰ ਵਧੀਆ ਲੱਗਦਾ ਹੈ ਨਾ ਬਾਈ ਠੀਕ ਆ ਠੀਕ ਆ ਅਤੇ ਮੂੰਹ ਮਿੱਠਾ ਲੱਗਿਆ ਜੀ ਕਰਾਉਣ ਜੋਤ ਦਾ ਲਿਆਓ ਜੀ ਮੁਬਾਰਕਾਂ ਜੀ ਟਰੈਕਟਰ ਬਾਈ ਤੁਹਾਨੂੰ ਦਿਖਾ ਦਾਂ ਇੱਕ ਵਾਰ ਅਤੇ ਲਓ ਜੀ ਬਾਈ ਟਰੈਕਟਰ ਦੇਖੋ ਇੱਕ ਵਾਰ ਪਿੱਛੇ ਤੋਂ ਬਹੁਤ ਵਧੀਆ ਬਾਈ ਟਰੈਕਟਰ ਸਾਰੇ ਪੱਖ ਤੋਂ 16 ਦੇ ਟਾਇਰਾਂ ਵਿੱਚ ਹੈ ਤੁਹਾਨੂੰ ਪਿੱਛੋਂ ਵੀ ਦਿਖਾਉਂਦੇ ਬਾਈ ਇੱਕ ਵਾਰ ਆਹ ਦੇਖ ਲਓ ਡਬਲ ਡਿਸਟ੍ਰੀਬਿਊਟਰ ਵਿੱਚ ਹੈ ਵਧੀਆ ਲਿੰਕਾਂ ਲੁੰਕਾਂ ਐਨ ਵਧੀਆ ਪੂਰੀਆਂ ਹੈਵੀ ਲੱਗੀਆਂ ਹੋਈਆਂ ਟਰੈਕਟਰ ਨੂੰ ਅਤੇ ਇੱਧਰੋਂ ਵੀ ਤੁਹਾਨੂੰ ਦਿਖਾਉਂਦੇ ਹਾਂ ਆਹ ਨੰਬਰ ਪਲੇਟ ਵਾਸਤੇ ਦੇ ਦਿੱਤਾ ਜੀ ਲਓ ਜੀ ਬਾਈ ਲਾਡੀ ਬਾਈ ਵੀ ਪਹੁੰਚ ਗਿਆ ਹੋਰ ਲਾਡੀ ਬਾਈ ਠੀਕ ਆ ਲਓ ਜੀ ਬਾਈ ਚਾਬੀ ਲੱਗਿਆ ਦੇ ਟਰੈਕਟਰ ਦੀ ਲਓ ਜੀ ਮੁਬਾਰਕਾਂ ਜੀ ਬਹੁਤ ਬਹੁਤ ਨਵੇਂ ਟਰੈਕਟਰ ਦੀਆਂ ਅਤੇ ਲਓ ਜੀ ਬਾਈ ਹੋ ਗਿਆ ਸਾਰੇ ਕੋਲ ਟਰੈਕਟਰ ਲੈ ਕੇ ਚੱਲੇ ਬਾਈ ਨਹੀਂ ਹੁਣ ਟਰੈਕਟਰ ਬਾਰੇ ਵੈਸੇ ਤੁਹਾਨੂੰ ਦੱਸਿਆ ਸੀ ਕਿ ਪਹਿਲਾਂ ਹੀ ਵੀਡੀਓ ਬਣਾ ਕੇ ਪਾਈ ਸੀਗੀ 30-65 HP ਦਾ ਟਰੈਕਟਰ ਹੈ ਅਤੇ ਵੈਸੇ ਟਰੈਕਟਰ ਲੰਬਾ ਬਹੁਤ ਆ ਜੀ ਸਾਰੇ ਪੱਖ ਤੋਂ ਅਤੇ ਇਹਨਾਂ ਨੇ ਉਹ ਪਹਿਲਾਂ ਸਵਰਾਜ ਟਰੈਕਟਰ ਸੀਗਾ 855 ਅਤੇ ਹੁਣ ਇਹਨਾਂ ਨੇ ਜਾਣੀ ਕਿ ਉਹ ਵੀ ਹੈਗਾ ਸਵਰਾਜ ਅਤੇ ਇੱਕ ਇਹਨਾਂ ਨੇ 4x4 ਲੈਣਾ ਸੀਗਾ ਅਤੇ ਫਿਰ ਇਹਨਾਂ ਨੇ ਉਹਨੂੰ ਆਹੀ ਟਰੈਕਟਰ ਪਸੰਦ ਆਇਆ ਆਪਣੇ ਵਾਲਾ 30-65 ਇਹਨਾਂ ਕੋਲ ਮਸ਼ੀਨਾਂ ਬਾਈ ਬੇਲਰ ਦਾ ਵੀ ਕੰਮ ਇਹਨਾਂ ਦਾ ਅਤੇ ਤਾਂ ਕਰਕੇ ਫਿਰ ਇਹਨਾਂ ਨੇ ਬੜਾ ਟਰੈਕਟਰ ਲਿਆ ਕਹਿੰਦੇ ਵੀ ਚਲੋ ਮਸ਼ੀਨਾਂ ਹੋਰ ਸਾਰਾ ਕੁਝ ਚੱਲੀ ਜਾਊਗਾ ਵਧੀਆ ਅਤੇ ਜੋ ਤਾਂ ਥੋੜ੍ਹਾ ਜਿਹਾ ਦੇਖਣ ਲੱਗਿਆ ਉਹ ਦੱਸ ਰਹੇ ਹਾਂ ਉਹਨਾਂ ਨੂੰ ਟਰੈਕਟਰ ਬਾਰੇ ਸਮਝਾ ਰਹੇ ਹਾਂ ਕਿਵੇਂ ਉਹਦਾ ਲੱਗਦਾ ਜੀ ਅਤੇ ਉਹ ਥੱਲੇ ਦੱਸ ਰਹੇ ਜਿਹੜਾ ਤੇਲ ਪਾਉਂਦੇ ਨਾ ਵਿੱਚ ਆਪਾਂ ਟੱਪੇ ਦੇ ਵਿੱਚ ਥੱਲੇ ਉਹਦੇ ਵਿੱਚ ਐਕਸਲਾਂ 'ਚ ਉਹਨਾਂ ਬਾਰੇ ਦੱਸ ਰਹੇ ਹਾਂ ਜੀ ਅਤੇ ਬਾਕੀ ਬਾਈ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਲਗਭਗ ਟਰੈਕਟਰ ਉਹੀ ਆ ਜੀ 30-65 ਜਿਹੜਾ ਆਪਾਂ ਅੱਗੇ ਦਿੰਦੇ ਹਾਂ ਸਿਰਫ ਇਹ 4-wheel 'ਚ ਆ ਜੀ ਅਤੇ ਥੋੜ੍ਹਾ ਜਿਹਾ ਜਾਣੀ ਕਿ ਰੇਟ ਦਾ ਉਹਦੇ ਨਾਲੋਂ 8 ਕੁ ਲੱਖ ਰੁਪਏ ਰੇਟ ਆ ਟਰੈਕਟਰ ਦਾ ਬਾਕੀ ਮਾੜਾ ਮੋਟਾ ਮੌਕੇ 'ਤੇ ਵੱਧ ਘੱਟ ਹੋ ਜਾਂਦਾ ਜੀ ਉਹ ਬਾਅਦ ਦੀ ਗੱਲ ਹੈ ਅਤੇ ਬਾਕੀ ਆਪਣੇ ਕੋਲ ਹੋਰ ਵੀ ਬਾਈ ਸਾਰੇ ਹੀ ਮਾਡਲ ਇੰਡੋ ਫਾਰਮ ਦੇ ਵਧੀਆ ਰੇਟ 'ਤੇ ਮਿਲ ਜਾਂਦੇ ਆ ਅਤੇ ਸੈਕਿੰਡ ਹੈਂਡ ਟਰੈਕਟਰ ਵੀ ਆਪਣੇ ਕੋਲ ਸਾਰੇ 10-15 ਟਰੈਕਟਰ ਸੈਕਿੰਡ ਹੈਂਡ ਵੀ ਖੜ੍ਹੇ ਹੁੰਦੇ ਆ ਤੁਸੀਂ ਕਦੋਂ ਵੀ ਆ ਕੇ ਦੇਖ ਸਕਦੇ ਆ ਟਰੈਕਟਰ ਅਤੇ ਇੱਧਰ ਖੜ੍ਹੇ ਹਾਂ ਤੁਹਾਨੂੰ ਟਰੈਕਟਰ ਦਿਖਾ ਦਿੰਦੇ ਹਾਂ ਆਹ ਦੇਖ ਲਓ ਮੈਸੀ ਖੜ੍ਹਾ ਜੀ ਹੋਰ 735 ਵੀ ਖੜ੍ਹਾ ਹੈ ਫਾਰਮ ਟਰੈਕ ਖੜ੍ਹਾ 735 ਆਪਣੇ ਕੋਲ 2-3 ਖੜ੍ਹੇ ਆ ਐਚਰ ਵੀ ਆਏ ਇੱਕ 241 ਅਤੇ ਤੁਸੀਂ ਕਦੋਂ ਵੀ ਆ ਕੇ ਬਾਈ ਰੋਪੜ ਤੁਹਾਨੂੰ ਪਤਾ ਹੀ ਲੋਕੇਸ਼ਨ ਉਰੇ ਆ ਕੇ ਦੇਖ ਸਕਦੇ ਹਾਂ ਇੱਟ ਜੀ ਨੂੰ ਦੇਖਣਾ ਅਤੇ ਜੋਤ ਵੀ ਇੰਨੇ ਲੱਗਿਆ ਹੋਇਆ ਚੈੱਕ ਕਰਨਾ ਹੋਰ ਜੋਤ ਬਾਈ ਕਿਆ ਦੇਖੀ ਜਾਂਦਾ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਠੀਕ ਆ ਜੀ ਅਤੇ ਬਾਕੀ ਹੁਣ ਬਾਈ ਨੇ ਲੈ ਕੇ ਚੱਲੇ ਟਰੈਕਟਰ ਘਰ ਨੂੰ ਜੀ ਆਪਣਾ ਜੀ ਟਰੈਕਟਰ ਕਰ ਲਿਆ ਸਟਾਰਟ ਬਾਈ ਉਹਨਾਂ ਨੇ ਬਾਈ ਟਰੈਕਟਰ ਲੁੱਕ ਵਾਈਜ਼ ਵੈਸੇ ਬਹੁਤ ਸੋਹਣਾ ਲੱਗਦਾ ਹੈ ਅਤੇ ਬਾਕੀ ਚਲੋ ਚਲਾਏ ਤਾਂ ਕੋਈ ਵੀ ਟਰੈਕਟਰ ਬਾਈ ਖੇਤ ਮਾਂ ਚਲਾਏ ਦੀ ਪਤਾ ਲੱਗਦਾ ਹੈ ਅਤੇ ਬਾਕੀ ਬਹੁਤ ਵੀਰ ਬਾਈ ਟਰੈਕਟਰ ਬਾਰੇ ਕਹਿ ਦਿੰਦੇ ਬਾਈ ਇੱਦਾਂ ਹੈ ਸਸਤਾ ਹੈ ਮਾਰਕੀਟ ਨਹੀਂ ਹੈਗੀ ਉਹ ਨਹੀਂ ਹੈਗੀ ਅਤੇ ਬਾਈ ਜਿਹੜਾ ਵੀ ਜ਼ਿਮੀਂਦਾਰ ਲੈ ਕੇ ਜਾਂਦਾ ਨਾ ਟਰੈਕਟਰ ਉਹ ਦੇਖ ਕੇ ਪਹਿਲਾਂ ਰਿਸਪੋਂਸ ਦੇਖ ਕੇ ਫਿਰ ਬਾਅਦ ਵਿੱਚ ਲੈ ਕੇ ਜਾਂਦਾ ਬਾਕੀ ਆਪਣੇ ਕੋਲ ਸੈਕਿੰਡ ਹੈਂਡ ਟਰੈਕਟਰ ਵੀ ਬਾਈ ਦਿਖਾ ਦਿੰਦੇ ਤੁਹਾਨੂੰ ਇੱਕ ਵਾਰ ਅਤੇ ਆਹ ਮੈਸੀ ਹੈ ਜੀ ਆਹ 735 ਹੈ ਅਤੇ ਉਹ ਐਚਰ ਟਰੈਕਟਰ ਖੜ੍ਹਾ 241 ਅਤੇ ਇੱਕ ਸੋਨਾਲੀਕਾ ਖੜ੍ਹਾ ਹੈ ਬਾਕੀ 2-3 ਟਰੈਕਟਰ ਉਹਨੇ ਉੱਧਰ ਵੀ ਖੜ੍ਹੇ ਆ ਅਤੇ ਬਾਕੀ ਆਪਣਾ ਆਹ ਵੀ ਟਰੈਕਟਰ ਬਾਈ ਬਹੁਤ ਵਧੀਆ ਸੇਲ ਹੁੰਦਾ ਆਪਣਾ 30-55 DI 60 HP ਵਾਲਾ ਟਰੈਕਟਰ ਇਹ ਇਹਦੀ ਵੀ ਸੇਲ ਵਧੀਆ ਟਰੈਕਟਰ ਦੀ
अपना सारे नो वह आही ट्रैक्टर बिकता बी 60 HP का ये भी जो हूँ बेचे अपने ये 30-65 है ये है जी 30-52 DI आ भी ट्रैक्टर वधिया जी इहदा रेट भी बहुत जायज़ आ ट्रैक्टर का तो ऊ भी ट्रैक्टर पूरा लंबा है तुम सुपर सीडर जो भी चलाना तो बहुत वधिया चला कोई दिक्कत नहीं आती जाने के तो बाकी सो भाई जो इधर मूँह मिठा कर रहा है खाना ना 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 खा ला भाई कोई नहीं वो डब्बा ही खा जूंगा हूँ तो बाकी भाई डब्बे साढ़े को वाधू आए रहने हूँ ट्रैक्टर वधिया बिकी जाने तो अंदर साढ़ा फ्रिज भरा ही रहा डब्बे ना सो भाई वीडियो इन्ना ही सीगा जे वीडियो वधिया लगी तो लाइक जरूर कर दिओ तो भाई चैनल भी जरूर सबसक्राइब कर दिओ सो मिलते हैं किसी अगली वीडियो के बहुत बहुत धन्यवाद सारे का जी तो वीडियो वधिया लगी वीडियो लाइक जरूर कर दिओ तो चैनल में भी सबसक्राइब कर दिओ सो मिलते हैं किसी अगली वीडियो के बहुत बहुत धन्यवाद भाई सारे का जी।